ਜਾਨ ਹੋ ਗੱਲ ਦੇ ਵਿੱਚ ਵੀ ਜਾਨ ਹੈ ਤੇ ਤੁਹਾਡੇ ਗੌਨ ਦੇ ਵਿੱਚ ਵੀ ਜਾਨ ਹੈ ਜਦੋਂ ਗੌਨ ਇਹੋ ਤਾਂ ਬੰਦਾ ਸੁਣ ਕੇ ਇੱਕ ਵਾਰ ਲੂ ਕੰਡੇ ਖੜੇ ਹੋ ਜਾਂਦਾ ਕਿ ਇੰਨੀ ਗੜਕਣਾ ਲਗਾਉਂਦੇ ਹੋ ਘਟੀਆਂ ਨਾ ਟਿਚਿਰ ਕਰੀਏ ਮਾਂ ਵਰਗੀ ਭਾਬੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦੀਏ ਝੂਲਦੇ ਸ਼ਰਾਬੀ ਨੂੰ ਸੱਚੇ ਸੂਰਮੇ ਦਾ ਫਿਰ ਜਦੋਂ ਮੈਨੂੰ ਪੜਿਆ 1 ਲੱਖ ਤਾਂ ਅੰਦਰ ਨਹੀਂ ਆਏ ਚਿੰਗੀ ਜੀ ਲੱਗੀ ਮਾ ਵੀ ਆ ਬੜੀ ਵਧੀਆ ਬਾਬਾ ਜੀ ਕਿਵੇਂ ਗਾਉਂਗੇ ਮਾ ਤੁਸੀਂ ਉਹ ਭੜੇ ਸਮਝਾਏ ਭਰਕਾ ਨੂੰ ਹਟਦੇ ਉਹ ਬਦਾਉਣੋ ਗੱਲ ਨੂੰ ਓਏ ਸਾਥ ਦੇ ਵਿਚਾਲੇ ਤਾਂ ਹੀ ਲਾਸ਼ਾਂ ਰੋਲੀਆਂ ਰੋਗ ਦਿੱਤੇ ਕੱਟਨੇ ਪੁੱਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਭਈ ਉਹਦਾ ਨਾ ਉਹਨੇ ਮਾ ਵੀ ਚੁੱਪ ਕਰਕੇ ਪਹਿਲਾਂ ਸੁਣ ਲਈ ਕਾਟਾ ਮਾਰਨੀ ਚਾਹੇ ਚਾਹੇ ਠੀਕ ਕਰਦੀ ਵੀ ਦੱਸੀ ਮੈਨੂੰ ਪੱਕਾ ਦਿਲ ਦੀ ਗੱਲ ਦੇਉ ਉਂਗਲੇ ਠਾਉਣ ਨਾ ਮੈਂ ਇਸ ਜੱਗ ਨੂੰ ਉਹ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੋਂ ਜਿਹੜੀ ਕਾਲ ਜਾਂਦੇ ਵਿੱਚ ਜੋ ਹਵਾ ਵਗਦੀ ਪੇਂਡੂ ਮੁੰਡਿਆਂ ਨੂੰ ਉਹ ਤਾਂ ਬੜੀ ਛੇਤੀ ਲੱਗਦੀ ਮਹਾਨਾਸੂਬ ਉਹਨੇ ਬਹਿਦਾ ਚਲੋ ਮੈਂ ਇਹ ਤਾਂ ਨਹੀਂ ਮੈਂ ਤਾਂ ਨਹੀਂ ਕਹਿੰਦਾ ਉਹ ਗਾਲਜ ਕੱਢੇ ਕਹਿੰਦਾ ਉਹ ਬੁੜੇ ਜੇ ਕਹਿੰਦਾ ਕੌਣ ਨੇ ਉਹ ਕੰਜਦਿਆ ਨਾ ਦਾਰੂ ਪੀਣ ਵਾਲੇ ਦਾ ਕੀੜੇ ਜੇ ਲੜਨ ਲੱਗੇ ਦਾਰੂ ਪੀਤੇ ਵੀ ਨਾ ਨਹੀਂ ਸਰਦਾ ਹੁੰਦਾ ਹੋ ਭੁੱਲ ਕੇ ਵੀ ਫੇਸਬੁਕ ਤੇ ਅੱਖਾਂ ਨਾ ਚਾਰ ਕਰੋ ਕੋਰਟ ਵਿੱਚ ਮੈਰਜ ਕਰਕੇ ਹੱਦਾਂ ਨਾ ਪਾਰ ਕਰੋ ਦੇਖੋ ਗੱਲੇ ਐ ਦੁਨੀਆਦਾਰੀ ਸਾਡੀ ਕੰਮ ਬਿਨਾ ਪੈਸੇ ਬਿਨਾ ਨਹੀਂ ਚੱਲਦੀ ਤੇ ਉਹ ਬੰਦੇ ਨੇ ਮੈਨੂੰ ਇਹ ਕਹਿ ਵੀ ਅਸੀਂ ਸਾਰਾ ਪਰਿਵਾਰ ਤੁਹਾਡੇ ਗਾਣੇ ਸੁਣ ਲਿਆ ਇੱਕ ਵਾਰੀ ਬੈ ਕੇ ਤੁਸੀਂ ਇਹ ਹਿਸਾਬ ਲਾ ਲਓ ਕੋਈ ਬੰਦਾ ਤੁਹਾਨੂੰ ਦੂਸਰਾ ਇਹ ਕਹਿ ਦੇਵੇ ਵੀ ਯਾਰ ਤੂੰ ਚੰਗਾ ਭਲਾ ਵਧੀਆ ਤੂੰ ਸਰਦਾਰੀ ਕਰ ਕਰੇ ਬੈ ਕੇ ਕਾਹਨੂੰ ਆਈ ਨਾ ਕਬੀਸ਼ਰੀ ਨੂੰ ਨਾ ਭਾਈ ਅਸਲ ਦੇ ਵਿੱਚ ਨਾ ਇਸ ਗਾਉਣ ਨੂੰ ਤੇ ਕਾਲ ਜਿੱਤਾ ਮੰਦਰ ਪੜਾਈ ਦੇ ਜਿੱਥੋਂ ਚਾਰ ਚੰਨ ਜ਼ਿੰਦਗੀ ਨੂੰ ਲਾਈ ਦੇ ਦੇ ਜੋਗ ਥਾਵਾਂ ਨੂੰ ਉਹ ਤੁਸੀਂ ਆਸ਼ਕੀ ਦੇ ਵਾਲਿਓ ਤੂੰ ਸੀ ਪਠਾਣਾ ਪੰਜਾਬ ਦਾ ਬਠਾਓ ਜਿਜਣੀ ਇਹ ਇੱਕ ਬਸ ਹੋਰ ਤਰ੍ਹਾਂ ਦਾ ਧੰਦਾ ਜਾਂ ਬਣ ਕੇ ਰਹਿ ਗਿਆ ਤਾਂ ਕਰਕੇ ਘਰ ਦੇ ਨੂੰ ਲਵ ਯੂਰ ਕਿਤੇ ਦੁਕਾਨ ਨੂੰ ਯਾਰ ਆਪਦਾ ਕੰਮ ਕਰ ਵਧੀਆ ਹੈਗਾ ਕਈ ਵਾਰੀ ਮੈਨੂੰ ਇਹ ਕਹਿੰਦੇ ਨੇ ਵੀ ਤੂੰ ਇੰਨਾ ਵਧੀਆ ਕਿਉਂ ਹੈ ਕਿਤੇ ਡਿਊਟੀ ਕਰਦੇ ਕੋਈ ਸਤਿ ਸ਼੍ਰੀ ਅਕਾਲ ਰੰਗਲਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਤਾਰ ਸਿੰਘ ਸਿੱਧੂ ਅੱਜ ਸਾਡੇ ਨਾਲ ਇੰਟਰਵਿਊ ਵਿੱਚ ਇੱਕ ਅਜਹੀ ਜੋੜੀ ਆ ਜਿਨ੍ਹਾਂ ਨੂੰ ਦਾਦੇ ਪੋਤੇ ਦੀ ਜੋੜੀ ਵੀ ਕਿਹਾ ਜਾਂਦਾ ਤੁਹਾਨੂੰ ਦੱਸਦੀ ਕਿ ਬਾਈ ਕੁਲਦੀਪ ਛੱਠਾ ਤੇ ਬਾਪੂ ਮੇਵਾ ਸਿੰਘ ਪਾਲੀ ਆ ਸਾਡੇ ਨਾਲ ਮੌਜੂਦ ਨੇ ਇਹ ਬੜੇ ਹੀ ਵਧੀਆ ਲੋਕ ਗੀਤ ਗਾਉਂਦੇ ਨੇ ਲੋਕ ਤੱਤ ਗਾਉਂਦੇ ਨੇ ਜੋ ਲੋਕਾਂ ਦੁਆਰਾ ਬੜੇ ਪਸੰਦ ਕੀਤੇ ਜਾਂਦੇ ਨੇ ਤੇ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਇਸ ਦਾਦੇ ਪੋਤੇ ਦੀ ਜੋੜੀ ਨੇ ਬਹੁਤੀ ਧੁੰਮਾਂ ਪਾਈਆਂ ਹੋਈਆਂ ਨੇ ਸੋ ਗੱਲ ਕਰਾਂਗੇ ਬਾਪੂ ਹੋਰ ਨਾਲ ਤੇ ਬਾਈ ਕੁਲਦੀਪ ਛੱਠਾ ਨਾਲ ਕਿ ਕਦੋਂ ਸ਼ੁਰੂਆਤ ਹੁੰਦੀ ਹੈ ਇਹ ਸਭ ਚੀਜ਼ਾਂ ਦੀ ਕਿ ਮੇਲਜੋਲ ਹੁੰਦਾ ਇੱਕ ਦੂਸਰੇ ਨਾਲ ਸੋ ਆਪ ਗੱਲਬਾਤ ਕਰਦੇ ਆਂ ਬਾਈ ਸਾਸੀ ਗਾਲ ਸਾਸੀ ਗਾਲ ਵੀਰੇ ਸੱਚ ਗਾਲ ਬਾਪੂ ਸਾਸੀ ਗਾਲ ਸਾਸੀ ਗਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਾਈ ਨਜ਼ਾਰੇ ਨੇ ਆਨੰਦ ਆ ਬਾਪੂ ਤੁਸੀਂ ਠੀਕ ਹੋ ਜੀ ਐਂ ਚੜਦੀ ਕਲਾ ਬਾਪੂ ਸ਼ੁਰੂਆਤ ਕਿਵੇਂ ਹੁੰਦੀ ਆ ਦੋਵਾਂ ਜਣਿਆਂ ਦਾ ਜੋੜ ਮੇਲ ਕਿਵੇਂ ਹੁੰਦਾ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੀਆਂ ਧੁੰਮਾਂ ਪਾਰਖੀਆਂ ਨੇ ਤੁਸੀਂ ਮੇਲ ਦੀ ਤਾਂ ਗੱਲ ਐ ਵੀ ਇਹਨਾਂ ਦਾ ਡੈਡੀ ਮੇਰੇ ਨਾਲ ਕੁਝ ਪ੍ਰੋਗਰਾਮ ਕਰਾਉਂਦੇ ਨੇ ਉਹ ਵੀ ਕਵੀਸ਼ਰੀ ਦਾ ਕੰਮ ਕਰਦੇ ਨੇ ਤੇ ਮੈਂ ਵੀ ਕਰ ਅਸੀਂ ਇੱਕ ਪ੍ਰੋਗਰਾਮ ਤੇ ਇਕੱਠੇ ਹੋਏ ਇਹਨਾਂ ਦਾ ਇੱਕ ਗਾਣਾ ਆਇਆ ਸੀ ਜਿਹੜਾ ਹਿੰਦ ਵਾਲਿਓ ਪਾਕ ਵਾਲਿਓ ਮੈਂ ਸ਼ਮਲਾ ਜੀ ਨਾਲ ਜਦੋਂ ਸਾਡੇ ਹੋਏ ਅਸੀਂ ਵੀ ਚਾਹੁੰਦੇ ਸੀ ਵੀ ਕੋਈ ਨਾ ਕੋਸਾ ਆਪਾਂ ਫੇਸਬੁੱਕ ਦਾ ਸਾਰ ਲਈ ਪਰ ਸਾਨੂੰ ਤੋੜ ਜਾਇਦਾ ਤਜਰਬਾ ਨਹੀਂ ਸੀ ਪਤਾ ਘੱਟ ਸੀ ਇਹਨਾਂ ਦਾ ਗਾਣਾ ਚੱਲਿਆ ਤੇ ਮੈਂ ਇਹਨਾਂ ਦੇ ਡੈਡੀ ਨੂੰ ਕਿਹਾ ਮੈਂ ਕਿਹਾ ਵੀ ਯਾਰ ਕੁਲਦੀਪ ਨੂੰ ਮਲਾ ਸੀ ਵੀ ਦੇਖੀਏ ਪੁੱਛ ਲਈਏ ਅਸਲ ਵਿੱਚ ਤਾਂ ਅਸੀਂ ਗਾਉਣ ਵਾਸਤੇ ਤੁਹਾਨੂੰ ਤੇਨੂੰ ਬੁਲਾਇਆ ਜਾਣਕਾਰੀ ਲਈਏ ਜਾਣਕਾਰੀ ਲਈਏ ਤੇ ਅਸੀਂ ਵੀ ਆਇਆ ਕਰਾਂਗੇ ਨਾ ਸ਼ਮਲਾ ਜੀ ਲਿਖਦੇ ਨੇ ਬਾਦੂ ਤੇ ਅਸੀਂ ਵਿਚਾਰ ਕੀਤੀ ਇਹ ਬੇਸੀ ਰੈਂਡੇ ਤੇ ਪਹਿਲਾਂ ਇੱਧਰ ਛਾਜਲੀ ਦੇ ਨੇੜੇ ਤੇ ਵਿਆਹ ਹੈ ਵਾਹੇ ਸਾਡੇ ਨਾਲ ਭਾਦਸੋਂ ਦੇ ਨਾਲ ਹੈ ਤੇ ਭਾਦਸੋਂ ਸ਼ਮਲਾ ਜੀ ਦੀ ਡਿਊਟੀ ਸੀ ਬਿਜਲੀ ਬੋਰਡ ਚ ਰਿਟਾਇਰ ਹੋਏ ਨੇ ਸਾਡੇ ਵੀ ਨੇੜੇ ਸੀ ਇਹ ਉਹਨਾਂ ਨੇ ਇਹਨੂੰ ਫੋਨ ਕੀਤਾ ਗਿਆ ਸੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿਆਹ ਸੀ ਤੇ ਉਹਨਾਂ ਨੇ ਇਹਦੇ ਡੈਡੀ ਨੇ ਇਹਨਾਂ ਨੂੰ ਫੋਨ ਕੀਤਾ ਵੀ ਇੱਧਰ ਉਹਨਾਂ ਨੂੰ ਮਿਲ ਕੇ ਆਇਓ ਤੇ ਇਹ ਸਾਨੂੰ ਨਹੀਂ ਮਿਲੇ ਦੂਸਰੇ ਦਿਨ ਫੇਰ ਮੈਨੂੰ ਉਹਨੇ ਫੋਨ ਕੀਤਾ ਕਹਿੰਦਾ ਵੀ ਕੁਲਦੀਪ ਮਿਲ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਵੀ ਚਲੋ ਸੌਰੀ ਗਿਆ ਹੋਇਆ ਵਿਆਹ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਮਿਲ ਲੂਗਾ ਕੋਈ ਗੱਲ ਨਹੀਂ ਮੈਨੂੰ ਜਾਨੀ ਐ ਲੱਗਿਆ ਵੀ ਕਿਤੇ ਜੇ ਮੈਂ ਕਹਿੰਦਾ ਵੀ ਨਾ ਮਿਲਿਆ ਨਹੀਂ ਵੀ ਕਿਤੇ ਨੂੰ ਕਿਹੜਾ ਕਰੂ ਮੈਂ ਕਿਹਾ ਕੋਈ ਗੱਲ ਨਹੀਂ ਮਿਲ ਲੂਗਾ ਵੀ ਸੌਰੀ ਗਿਆ ਹੋਇਆ ਹੈ ਨਾ ਤੇ ਉਹ ਗੱਲ ਹੋਈ ਹੋਈ ਉਹਨੇ ਨੂੰ ਫੇਰ ਕਿਹੜਾ ਮਤਲਬ ਫੋਨ ਤੇ ਬੋਲੇ ਵੀ ਤੂੰ ਇੱਦਾਂ ਦਾ ਤੂੰ ਸਾਡੇ ਨੇੜੇ ਦੇ ਬੰਦੇ ਨੇ ਤੂੰ ਮਿਲਿਆ ਵੀ ਨਹੀਂ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਬਾਤ ਤੁਸੀਂ ਬੈਠੇ ਸੀਗੇ ਮੈਂ ਤੇ ਸ਼ਮਲਾ ਜੀ ਉੱਥੇ ਹੀ ਪਹੁੰਚ ਗਿਆ ਪਹੁੰਚ ਕੇ ਇਹ ਅਸੀਂ ਤਾਂ ਇਹ ਇਹ ਪੁੱਛਣਾ ਹੀ ਸੀ ਵੀ ਅਸੀਂ ਮੈਂ ਤਾਂ ਨਾ ਪਰ ਜਦੋਂ ਡੀ ਜੈਂ ਪ੍ਰੋਜੈਕਟ ਜਾਂ ਪੂਰਾ ਕਰਨ ਆਇਆ ਤੇ ਵੀ ਜਾਂ ਡੈਡੀ ਨੇ ਕਹਿਤਾ ਹੁਣ ਮਿਲਣ ਜਾਣਾ ਪਊਗਾ ਹਨਾ ਬਾਬਿਆਂ ਨੂੰ ਮੈਂ ਹੁਣ ਕੀ ਕਰਨਾ ਹੈ ਹਨਾ ਐਂ ਜਿ ਲੱਗਿਆ ਆਦਰਬੈਜ ਨਹੀਂ ਮੈਨੂੰ ਐਸੀ ਮਹਾਜਨ ਵੀ ਉਧਰ ਵਿਆਹ ਦਾ ਕੰਮ ਚੱਲ ਰਿਹਾ ਹੈ ਮੈਂ ਵਿਆਹ ਹੈ ਵੇ ਹਨਾ ਵੀ ਇਹ ਹੁਣ ਬਾਬੇ ਉਹਨਾਂ ਨੂੰ ਵੀ ਇੱਕ ਵੀਸ਼ਰੀ ਦਾ ਵੈਸੇ ਮੈਨੂੰ ਪਿਆਰ ਬਹੁਤ ਹੈ ਵੀਸ਼ਰੀ ਨਾਲ ਮੈਨੂੰ ਐਸੀ ਵੀ ਯਾਰ ਕਦੇ ਪਤਾ ਨਹੀਂ ਕੀ ਕੰਮ ਹੈ ਯਾਰ ਹਨਾ ਵੀ ਚਲ ਬਾਅਦ ਚ ਮਿਲ ਲੈਂਦੇ ਪਰ ਜਦੋਂ ਮੈਂ ਉੱਥੇ ਗਿਆ ਪਹਿਲਾਂ ਪਹਿਲਾਂ ਤਾਂ ਕਾਪੀਆਂ ਫਰੋਲੀਆਂ ਬਾਪੂਰਾ ਨੇ ਬੈਠੇ ਅਸੀਂ ਉਹਦੇ ਬਾਸ ਸੋਰਲੇ ਬਸੇ ਕਿੱਥੇ ਆਉਂਦਾ ਕਿਧਰ ਜਾਦੀ ਸੜਕ ਉਹ ਆਪਣੇ ਜਾਂਦੇ ਰਾਣੀ ਤੀਨ ਰਾਣੀ ਤੀਨ ਉੱਥੇ ਸੜਕ ਦੇ ਨੇੜੇ ਅਸੀਂ ਬੈਠੇ ਤੇ ਚਾਹ ਜੀ ਮੰਗਾਲੀ ਤੇ ਮੈਂ ਦੇਖਿਆ ਚਲੋ ਮੈਂ ਮਿਲਿਆ ਪਹਿਲਾਂ ਪਹਿਲਾਂ ਮਿਲਿਆ ਨਹੀਂ ਸੀ ਮੈਂ ਜਾਣਦਾ ਹੈਗਾ ਅਸੀਂ ਐ ਨਹੀਂ ਸੀ ਮਿਲਿਆ ਤੇ ਇਹ ਮੈਨੂੰ ਕਹਿੰਦੇ ਵੀ ਐ ਕਰਕੇ ਪੁੱਤਰਾ ਅਸੀਂ ਸੁਣਿਆ ਨਹੀਂ ਸੀ ਇਦਾਂ ਕਾਪੀਆਂ ਫਰੋਲਣ ਲੱਗੇ ਜੀ ਜਿਵੇਂ ਹੁੰਦਾ ਹੈ ਨਾ ਵਿਆਂ ਕਰਕੇ ਆ ਇਹਨਾਂ ਨੇ ਕਈ ਮੈਨੂੰ ਦਿਖਾਈਆਂ ਕਪਤਾਰਾਂ ਪੰਜ ਚਾਰ ਦੋ ਚਾਰ ਪਹਿਲਾਂ ਦੇਖ ਕੇ ਤਾਂ ਮੈਨੂੰ ਮੈਨੂੰ ਐ ਤਾਂ ਲੱਗਿਆ ਵੀ ਯਾਰ ਬਖਰੇਵੇਂ ਦੁਨੀਆਦਾਰੀ ਦੀ ਐਂ ਕਵੀਸ਼ਰੀ ਨਾਲੋਂ ਜਾਂ ਹੋਰ ਵੀ ਕੈਮ ਨੇ ਗੱਲਾਂ ਤੇ ਫਿਰ ਇੱਕ ਬਾਬੂ ਜੀ ਉਹ ਜਿਹਾ ਨਾ ਸੱਚੇ ਸੂਰਮੇ ਦਾ ਧੁੰਨ ਤੇਗਦਾਰ ਮਾਰ ਮਾਰ ਗੋਲੀ ਦੁਖੀ ਹੋਈ ਜਾ ਸੱਚੇ ਸੂਰਮੇ ਦਾ ਫਿਰ ਜਦੋਂ ਮੈਨੂੰ ਪੜਿਆ 1 ਲੱਖ ਤਾਂ ਅੰਦਰ ਨਹੀਂ ਆਇਆ ਚਿੰਗੀ ਜੀ ਲੱਗੀ ਮਹਾ ਵੀ ਆ ਬੜੀ ਵਧੀਆ ਬਾਬੂ ਜੀ ਇਹ ਕਿਵੇਂ ਗਾਓਗੇ ਮਹਾ ਤੁਸੀਂ ਇਹਨਾਂ ਨੇ ਫਿਰ ਮੈਨੂੰ ਉਹ ਗਾ ਕੇ ਜੇ ਦਿਖਾਇਆ ਮੜਾ ਜਾ ਐਂਜ ਕਰਕੇ ਫਿਰ ਉਹ ਮੇਰੇ ਸੱਚੀ ਮਿੱੱਚੀ ਮਾਹ ਜੀ ਆ ਕਰ ਸਕਦੇ ਆ ਮੈਨੂੰ ਵਿਆਹ ਵੀ ਭੁੱਲ ਗਿਆ ਸਾਰਾ ਸੱਚੀ ਅਸੀਂ ਉੱਥੋਂ ਐਵੇਂ ਜਿਵੇਂ ਬਾਈ ਜਿਵੇਂ ਹੁਣ ਅੱਜ ਅੱਪਾ ਚਲੋ ਮੋਟਰ ਤੇ ਬੈਠੇ ਹਨਾ ਖੇਤ ਮੈਂ ਲੈ ਕੇ ਉਹਨੂੰ ਖੇਤਾਂ ਕਿਨੂੰ ਚਲੇ ਗਏ ਅਸੀਂ ਤੇ ਉੱਥੇ ਜਾ ਕੇ ਉਹ ਕਰਿਆ ਰਿਕਾਰਡ ਐਦਾਂ ਹੀ ਬਸ ਜਿਵੇਂ ਹੁਣ ਵੀ ਅਸੀਂ ਉਦੋਂ ਹੀ ਕਰਦੇ ਆ ਕੋਈ ਟਾਂਸ ਨਹੀਂ ਤੇ ਕਰਿਆ ਤੇ ਉਹ ਬਾਈ ਉਦੋਂ ਮੇਰਾ ਪੇਜ ਵੀ ਨਹੀਂ ਸੀ ਬਣਿਆ ਆਈਡੀ ਤੇ ਪਤਾ ਮੈਂ ਕਿਆ ਬਾਤ ਆ ਫੋਨ ਆਉਣ ਲੱਗੇ ਜੇ ਉਹ ਉਦੋਂ ਬਾਅਦ ਫਿਰ ਇੱਕ ਤੋਂ ਇੱਕ ਐ ਚੱਲਦਾ ਚੱਲਦਾ ਫਿਰਦਾ ਸਾਰੀ ਬਹੁਤ ਕੁਸ ਹੁੰਦਾ ਰਿਹਾ ਜਣੀ ਪਹਿਲਾਂ ਪਹਿਲਾਂ ਐ ਨਹੀਂ ਪਤਾ ਸੀ ਵਿਆਹ ਸਬਬ ਐ ਮਣਜੂ ਹਾਂ ਨਾ ਕੋਈ ਸਾਡੇ ਆਪਣੇ ਆਪਸਦਾਰੀ ਦੇ ਵੀ ਅਸੀਂ ਇਕੱਠੇ ਗਾਵਾਂਗੇ ਨਾ ਕੋਈ ਉਸ ਦਿਨ ਸੀ ਉਦੋਂ ਮੇਰੇ ਹੈਗਾ ਵੀ ਪਰ ਨਹੀਂ ਸੀ ਉਸ ਦਿਨ ਮੈਂ ਬੰਨੇ ਸੀ ਗੱਡੀ ਚ ਚਲੋ ਉਹ ਇੱਕ ਵਾਰ ਸੁਨਾ ਜ਼ਰੂਰ ਦਿਓ ਜਿਹੜਾ ਪਹਿਲੀ ਵਾਰ ਗਾਇਆ ਸੀ ਇਕੱਠਿਆਂ ਨੇ ਦੋਵਾਂ ਨੇ ਸੁਨਾ ਜ਼ਰੂਰ ਦਿਓ ਜੀ ਇੱਕ ਵਾਰ ਹਾਂਜੀ ਹਾਂ ਖਿੱਚ ਕੇ ਲਿਆਈ ਹੋਣੀ ਵਿੱਚ ਸਾਥ ਦੇ ਭਾਗਿਆ ਤੇ ਮੱਲ ਨੂੰ ਉਹ ਬੜੇ ਸਮਝਾਏ ਬਾਰਕਾ ਨੂੰ ਹਟ ਦੇ ਉਹ ਬਦਾਉਣੋ ਗੱਲ ਨੂੰ ਓਏ ਸਾਥ ਦੇ ਵਿਚਾਲੇ ਤਾਂ ਹੀ ਲਾਸ਼ਾਂ ਰੋਲੀਆਂ ਰੋਗ ਦਿੱਤੇ ਕੱਟ ਨੇ ਪੁੱਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਬਾਜੀ ਬਾ ਬੜੀ ਘੜਕਨ ਲਗਾਇਆ ਬਾਪੂ ਨੇ ਵੀ ਤੁਸੀਂ ਵੀ ਤੇ ਫਿਰ ਅੱਗੇ ਅੱਗੇ ਕਿਵੇਂ ਸਵੱਬ ਬਣੇ ਕਿ ਅੱਗੇ ਚੀਜ਼ ਨੂੰ ਵਧਾਇਆ ਜਾਵੇ ਫਿਰ ਫਿਰ ਬਾਈ ਬਸ ਉਹੀ ਜਦੋਂ ਇਹਨਾਂ ਨੇ ਪਾਤਾ ਦੂਸਰੇ ਦਿਨ ਜੋ ਫੋਨ ਆਉਣ ਲੱਗੇ ਚੱਲ ਪਿਆ ਫਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਵੀ ਕਿੱਦਾਂ ਚੱਲੀ ਗਿਆ ਮੈਂ ਨਾ ਹੋ ਰਿਕਾਰਡ ਤਾਂ ਕਰ ਲਿਆ ਤੇ ਰਿਕਾਰਡ ਕਰਕੇ ਮੈਂ ਚਲੋ ਵਿਆਹ ਚ ਚਲਾ ਗਿਆ ਉਦੋਂ ਮੈਨੂੰ ਸੱਚੀ ਮਿੱੱਚੀ ਮੈਂ ਐ ਨਹੀਂ ਸੀ ਪਾਉਂਦਾ ਹੁੰਦਾ ਹਿੰਦ ਵਾਲਿਓ ਪਾਕ ਵਾਲਿਓ ਮੱਟ ਬਾਈ ਨਹੀਂ ਜਿਹੜਾ ਲਿਖਿਆ ਸੀ ਬਾਈ ਸਟਾਲ ਨੇ ਉਹਦੀ ਵੀਡੀਓ ਕੀਤੀ ਸੀ ਹਸਨਵੀਰ ਨੇ ਮਿਊਜ਼ਿਕ ਕੀਤਾ ਸੀ ਬਹੁਤ ਚੱਲਿਆ ਉਹ ਉਹ ਮਾਨ ਸਾਹਿਬ ਨੇ ਭਗਵੰਤ ਮਾਨ ਨੇ ਪਾਇਆ ਸੀ ਆਪਦੇ ਪੇਜ ਤੇ ਚੱਲਿਆ ਬਹੁਤ ਉਹ ਉਹਦੇ ਪਿੱਛੇ ਮੇਰੀ ਇੰਟਰਵਿਊ ਮੈਂ ਹੋਈਆਂ ਤੇ ਮੇਰਾ ਸਨਮਾਨ ਵੀ ਪੰਜਾਬੀ ਸਹਿਤ ਅਕੈਡਮੀ ਨੇ ਵੀ ਕੀਤਾ ਹੋਰ ਬਹੁਤ ਵਧੀਆ ਉਹ ਹੋਇਆ ਤੇ ਉਹਦਾ ਮਿਲਿਆ ਵਿਆ ਸੀਗਾ ਪਰ ਆ ਨਹੀਂ ਸੀ ਪਤਾ ਵੀ ਸੋਸ਼ਲ ਮੀਡੀਆ ਨਾਲ ਐ ਜੁੜ ਜਾਗੇ ਮੈਂ ਜਿਹੜਾ ਬਾਪੂ ਜੀ ਨਾਲ ਜਿਹੜਾ ਤੁਹਾਨੂੰ ਸੁਣਾਇਆ ਹੈ ਇਹ ਰਿਕਾਰਡ ਕਰਕੇ ਮੈਂ ਪੂਰਾ ਕਲਿੱਪ ਬਣਾ ਕੇ ਮੋਬਾਈਲ ਦੇ ਵਿੱਚ ਮੇਰਾ ਮਿੱਤਰ ਇੱਕ ਕਮਲ ਉਹਨੂੰ ਲਿਜਾ ਕੇ ਬਾਪੂ ਜੀ ਮੈਂ ਨਾ ਗੱਡੀ ਦੇ ਸਾਈਡ ਤੇ ਲੈ ਗਿਆ ਤੇ ਮੈਂ ਉਹਨੂੰ ਕਿਹਾ ਮਹਾ ਵੀਰ ਤੈਨੂੰ ਇੱਕ ਚੀਜ਼ ਸੁਣਾਉਣੀ ਹੈ ਵੀ ਤੂੰ ਦੱਸੀ ਮੈਨੂੰ ਜਿਸ ਦਿਨ ਕਰਿਆ ਇਹ ਹਾਂ ਜਿੱਦਾਂ ਆਪਾਂ ਕਰਿਆ ਭਾਈ ਉਹਦਾ ਨਾ ਉਹਨੇ ਮਹਾ ਵੀ ਚੁੱਪ ਕਰਕੇ ਪਹਿਲਾਂ ਸੁਣ ਕਟਾ ਮਾਰਨੀ ਚਾਹੇ ਚਾਹੇ ਠੀਕ ਕਰਦੀ ਵੀ ਦੱਸੀ ਮੈਨੂੰ ਪੱਕਾ ਦਿਲ ਦੀ ਗੱਲ ਉਹਨੇ ਜੀ ਸਾਰਾ ਸੁਣਿਆ ਸਾਰਾ ਸੁਣ ਕੇ ਉਹ ਜਿਵੇਂ ਐ ਨਾ ਐ ਕਰਕੇ ਬੈ ਗਿਆ ਗੱਡੀ 'ਚ ਸਾਰਾ ਜਦੋਂ ਬੰਦ ਹੋਇਆ ਤੇ ਮੈਂ ਹਾਂ ਦੱਸ ਉਹਨੇ ਬੈਠਾ ਚਲੋ ਮੈਂ ਇਹਦੇ ਤਾਂ ਨਹੀਂ ਮੈਂ ਤਾਂ ਨਹੀਂ ਕਹਿੰਦਾ ਉਹ ਗਾਲ ਜੀ ਕੱਢ ਕੇ ਕਹਿੰਦਾ ਉਹ ਬੁੜੇ ਜੀ ਕਹਿੰਦਾ ਕੌਣ ਨੇ ਉਹ ਕੰਜਦਿਆ ਨਾ ਬਈ ਮਹਾ ਤੂੰ ਦੇਖ ਯਾਰ ਕਹਿੰਦਾ ਯਾਰ ਕਮਾਲ ਸੱਚੀ ਮੈਨੂੰ ਜਣੀ ਉਹਦਾ ਰਿਐਕਸ਼ਨ ਮੇਰੇ ਅੱਜ ਵੀ ਉਹ ਆ ਜਿਆਦਾ ਆ ਕਾ ਮੂਰੇ ਤੇ ਬਾਕੀ ਉਹ ਸੱਚਾ ਸੀਗਾ ਉਹਦੇ ਦਿਲੋਂ ਰਿਐਕਸ਼ਨ ਉਹ ਸੀਗਾ ਤੇ ਉਦੋਂ ਮੁੜ ਕੇ ਬਾਈ ਫਿਰ ਤਾਂ ਪਤਾ ਨਹੀਂ ਲੱਗਿਆ ਕਿੰਨੇ ਕੁ ਕਰਤੇ ਕੀ ਕਰਤਾ ਹੁਣ ਤਾਂ ਬਾਈ ਅਸਲ ਚ ਗੱਲ ਇਹ ਹੈ ਨਾ ਵੀ ਜਿਵੇਂ दारू ਪੀਣ ਵਾਲੇ ਦਾ ਕੀੜੇ ਲੜਨ ਲੱਗੇ ਤਾਂ दारू ਪੀਤੇ ਉਹਨਾਂ ਨਹੀਂ ਸਰਦਾ ਹੁੰਦਾ ਬਸ ਸਾਡਾ ਹੁਣ ਕੌਣ ਪੀਣ ਨਹੀਂ ਸਰਦਾ ਅੰਦਰੋਂ ਕੀੜੇ ਜਿਹੜਾ ਲੱਗਿਆ ਵੀ ਕੁਝ ਗਾਈਏ ਵੀ ਹੁਣ ਕੁਝ ਨਾ ਕੁਝ ਕਰਕੇ ਪਾਈਏ ਹਫਤਾ ਤੱਕ ਨਿਕਲ ਜਾਂਦਾ ਤਾਂ ਫਿਰ ਉੱਧਰ ਉੱਧਰ ਹੀ ਹੋਣ ਲੱਗ ਜਾਂਦੇ ਵੀ ਬੋਲੋ ਕਿੱਥੇ ਆਈਏ ਕਿੱਧਰ ਨੂੰ ਜਾਈਏ ਹੈ ਨਾ ਇਹਨਾਂ ਦੀ ਡਿਊਟੀ ਕਰਕੇ ਥੋੜੀ ਜੀ ਹੋ ਜਾਂਦੀ ਹੈ ਕਈ ਵਾਰੀ ਪ੍ਰੋਬਲਮ ਤੇ ਸ਼ਮਲਾ ਜੀ ਵੀ ਰਿਟਾਇਰ ਹੋ ਗਏ ਮੈਂ ਤਾਂ ਚਲੋ ਬੇਲੀ ਆ ਤੇ ਫਿਰ ਇਹਨਾਂ ਤੋਂ ਕਹਿੰਦੇ ਵੀ ਜਦੋਂ ਤੋਂ ਵੱਡੇ ਨੇ ਕੀ ਕਿੰਨੀ ਕੁ ਹੁੰਦੀ ਅੱਜ ਜਦੋਂ ਜਾਣੇ ਹੋ ਬਾਹਰ ਕਿਤੇ ਜਾਣੇ ਹੋ ਸੋਸ਼ਲ ਮੀਡੀਆ ਤੇ ਬੜੇ ਮਸ਼ਹੂਰ ਹੋ ਲੋਕ ਮਿਲਦੇ ਆਗੇ ਕਿੰਨੀ ਕੁ ਖੁਸ਼ੀ ਹੁੰਦੀ ਆ ਫਿਰ ਇਹਨੂੰ ਜਿਹੜੀ ਖੁਸ਼ੀ ਹੈ ਨਾ ਦੇਖੋ ਗੱਲ ਇਹ ਹੈ ਦੁਨੀਆਦਾਰੀ ਸਾਡੀ ਕੰਮ ਬਿਨਾ ਪੈਸੇ ਬਿਨਾ ਨਹੀਂ ਚੱਲਦੀ ਹੈਗੀ ਜ਼ਰੂਰੀ ਹੈ ਸਾਨੂੰ ਪੈਸਾ ਸਾਡੇ ਮਲਕ ਚ ਤਾਂ ਖਾਸ ਕਰਕੇ ਬਾਹਲਾ ਜ਼ਰੂਰੀ ਹੋ ਗਿਆ ਤੇ ਇਹ ਮਤਲਬ ਇਹ ਸਾਡੇ ਪੈਸੇ ਨਾਲੋਂ ਕਿਤੇ ਜ਼ਿਆਦਾ ਵੱਡੀ ਕਮਾਈ ਆ ਮੈਂ ਸਮਝਦਾ ਕਿਉਂ ਕਿਸੇ ਬੰਦੇ ਨੇ ਤੁਹਾਨੂੰ ਇਹ ਕਹਿ ਦੇਣਾ ਵੀ ਮਤਲਬ ਮੇਰੇ ਕੋਲ ਹੁਣ ਵੀ ਅੱਜ ਵੀ ਇੱਕ ਫੋਨ ਐਸਾ ਹੈ ਔਰ ਮੈਂ ਤੁਰਨ ਵੇਲੇ ਤੇ ਉਹ ਬੰਦੇ ਨੇ ਮੈਨੂੰ ਇਹ ਕਹਿ ਵੀ ਅਸੀਂ ਸਾਰਾ ਪਰਿਵਾਰ ਤੁਹਾਡੇ ਗਾਣੇ ਸੁਣਦਾ ਇੱਕ ਵਾਰੀ ਬੈ ਕੇ ਤੁਸੀਂ ਇਹ ਹਿਸਾਬ ਲਾ ਲਓ ਕੋਈ ਬੰਦਾ ਤੁਹਾਨੂੰ ਦੂਸਰਾ ਇਹ ਕਹਿ ਦੇਵੇ فرض ਕਰੋ ਮੈਨੂੰ ਬੱਚੇ ਬਹੁਤ ਜ਼ਿਆਦਾ ਬਾਪੂ ਜੀ ਕਹਿੰਦੇ ਆ ਫੋਨ ਕਰਕੇ ਕਹਿੰਦੇ ਹਨਾ ਜਬ ਸਾਡੇ ਇੱਕ ਮਿੰਟਾਂ ਚ ਵੀ ਬਾਪੂ ਜੀ ਮੈਂ ਵੀ ਹੁਣ ਤੁਹਾਡਾ ਨਾਮ ਲੈਣ ਦੀ ਬਜਾਏ ਤੁਹਾਨੂੰ ਬਾਪੂ ਜੀ ਹੀ ਕਹ ਰਿਹਾ ਹਾਂ ਫਿਰ ਤੁਸੀਂ ਦੱਸੋ ਵੀ ਇਹ ਖੁਸ਼ੀ ਮੈਨੂੰ ਤਾਂ ਲੱਗਦਾ ਨਹੀਂ ਵੀ ਬਿਆਨ ਕੀਤੀ ਜਾ ਸਕਦੀ ਕਿਸੇ ਨੂੰ ਨਹੀਂ ਬਾਪੂ ਕਹਿੰਦਾ ਕਿ ਬਾਪੂ ਨੂੰ ਬਾਪੂ ਨਹੀਂ ਕਹਿੰਦਾ ਹਨਾ ਕਿਸੇ ਤੋਂ ਕਹੋਣਾ ਜਿਹੜੀ ਆ ਇਹ ਬਾਪੂ ਐ ਦੱਸਣਾ ਚਾਹ ਰਹੇ ਨੇ ਵੀ ਅੰਦਰੋਂ ਬਹੁਤ ਵਧੀਆ ਲੱਗਦਾ ਯਾਰ ਜਦੋਂ ਤੁਹਾਨੂੰ ਕੋਈ ਸਤਿਕਾਰ ਦੇਵੇ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਮੈਨੂੰ ਲੱਗਦਾ ਕੀਤਾ ਨਹੀਂ ਜਾ ਸਕਦਾ ਹਨਾ ਜੀ ਬਹੁਤ ਜ਼ਿਆਦਾ ਕੋਈ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਰਹਿੰਦਾ ਤੇ ਫਿਰ ਪਰਿਵਾਰ ਵਾਲਿਆਂ ਵੱਲੋਂ ਬਾਪੂ ਜੀ ਕਿੰਨੀ ਕ ਸਪੋਰਟ ਮਿਲਦੀ ਹੈਗੀ ਇਸ ਸਮੇਂ ਹੁਣ ਕਿ ਸਰਾਉਂਦੇ ਆ ਪੂਰਾ ਪਰਿਵਾਰ ਵਾਲਿਆਂ ਨੂੰ ਤਾਂ ਅਸਲ ਵਿੱਚ ਬਹੁਤਾ ਨਹੀਂ ਪਤਾ ਇਹਦੇ ਬਾਰੇ ਹਾਲੇ ਵੀ ਨਹੀਂ ਪਤਾ ਮੈਂ ਤੁਹਾਨੂੰ ਸੱਚ ਤਾਂ ਇਹ ਗੱਲ ਦੱਸਾਂ ਹੈ ਨਾ ਤੇ ਇਹਦੂ ਪਹਿਲਾਂ ਜਦੋਂ ਤੱਕ ਅਸੀਂ ਇਸ ਫੇਸਬੁੱਕ ਤੇ ਨਹੀਂ ਸੀ ਆਏ ਨਾ ਉਦੋਂ ਤੱਕ ਤਾਂ ਜਮੇ ਜ਼ੀਰੋ ਤੇ ਖੜੇ ਸੀ ਤੇ ਮੈਨੂੰ ਵੀ ਕਹਿੰਦੇ ਕਾਹਨੂੰ ਤੂੰ ਇਹ ਪੁੱਠੇ ਜੇ ਕੰਮ ਕਰੀ ਜਾਂਦਾ ਕੀ ਇਹ ਜੋ ਕੱਢਣ ਬੋਲਣਾ ਘਰੇ ਬੈ ਜਾ ਆਰਾਮ ਨਾਲ ਕੰਮ ਕਰਾ ਪਾ ਜੀਮੀਦਾਰ ਰਹੇਗਾ ਚਲੋ ਮੇਰੇ ਜੇ ਮੈਂ ਹੋਰ ਬਹੁਤ ਸੀਗੇ ਭਾਈ ਭਾਈ ਬਾਪੂ ਤਾਂ ਨਾ ਗਾਈਆਂ ਦਾ ਫਾਰਮ ਹੋਰ ਆੜਤ ਦਾ ਘਰ ਦੀ ਖੇਤੀਬੱਤੀ ਉਹ ਅਸਲ ਦੇ ਵਿੱਚ ਕਰਦੇ ਆ ਕਹਿੰਦੇ ਵੀ ਯਾਰ ਤੂੰ ਚੰਗਾ ਭਲਾ ਵਧੀਆ ਤੂੰ ਸਰਦਾਰੀ ਕਰ ਕਰੇ ਬੈ ਕੇ ਕਾਹਨੂੰ ਹੀ ਆਈ ਨਾ ਕਬੀਸ਼ਰੀ ਨੂੰ ਨਾ ਭਾਈ ਅਸਲ ਦੇ ਵਿੱਚ ਨਾ ਇਸ ਗਾਉਣ ਨੂੰ ਥੋੜਾ ਜਿਹਾ ਸਮਾਜਿਕ ਨਜ਼ਰੀਏ ਦੇ ਵਿੱਚ ਹੋਰ ਤਰ੍ਹਾਂ ਦਾ ਕਰਤਾ ਕਿਉਂਕਿ ਇਹਦੇ ਵਿੱਚ ਨਾ ਲੋਕ ਜਿਨ੍ਹਾਂ ਦੇ ਦਿਲ ਚੋਂ ਅੱਗ ਲੱਗੇ ਗਾਉਣ ਦੀ ਉਹ ਬਹੁਤ ਘੱਟ ਨੇ ਨਾ ਬਿਜਣੀ ਇਹ ਇੱਕ ਬਸ ਹੋਰ ਤਰ੍ਹਾਂ ਦਾ ਧੰਦਾ ਜਾਂ ਬਣ ਕੇ ਰਹਿ ਗਿਆ ਤਾਂ ਕਰਕੇ ਘਰ ਦੇ ਨੂੰ ਲਵ ਯੂਰ ਕਿੱਥੇ ਦੁਕਾਨوں ਯਾਰਾ ਦਾ ਕੰਮ ਕਰ ਵਧੀਆ ਹੈਗਾ ਤੂੰ ਕਹਿੰਦੇ ਵੀ ਕਿਤੇ ਤੂੰ ਗੌਨ ਨਾ ਸਟੇਜ 'ਤੇ ਲੋਕ ਤੈਨੂੰ ਕੋਈ 10 50 ਰੁਪਏ ਦੇ ਕੇ ਜਾਂਦੇ ਸਾਨੂੰ ਬੁਰਾ ਜਾਂ ਲੱਗਦਾ ਯਾਰ ਇਹ ਰੁਪਏ ਕਾ ਨਹੀਂ ਪਰਿਵਾਰ ਵਾਲੇ ਬਲੋ ਜਾ ਆਂਡੀਆਂ ਕਮੰਡੀਆਂ ਬਲੋ ਟੀਚਰਾਂ ਕਰੀਆਂ ਜਾਂਦੀ ਨਹੀਂ ਵੀ ਆਹ ਉਮਰੇ ਕਿਹੜੇ ਕੰਮਾਂ 'ਚ ਤੁਰਿਆ ਫਿਰਦਾ ਅਸਲ ਵਿੱਚ ਟੀਚਰ ਤਾਂ ਚਲੋ ਜਿਹੋ ਜਿਹਾ ਸਬੰਧ ਹੁੰਦਾ ਕੁਈ ਉਦਾਂ ਦੇ ਕਰਦੇ ਨੇ ਹੁਣ ਵੀ ਕਰਦੇ ਨੇ ਤੇ ਮੈਂ ਵੀ ਵਾਦੂ ਕਰਦਾ ਇਹ ਮੇਰੀ ਇਹ ਜ਼ਿੰਦਗੀ ਹੈ ਹੈਨਾ ਹੱਸ ਹਰ ਬੰਦੇ ਨਾਲ ਉਹ ਜਿਹੇ ਲੈ ਜਿਹੋ ਜਾ ਮੇਰਾ ਉਹਦੇ ਨਾਲ ਰਿਸ਼ਤਾ ਹੈ ਮੈਂ ਉਦਾਂ ਦੀਆਂ ਗੱਲਾਂ ਬੱਚੇ ਮੈਨੂੰ ਮਿਲ ਜਾਂਦੇ ਨੇ ਮੈਂ ਜਾ ਕੇ ਵੀ ਬਹਿ ਜਾਂਦਾ ਜਦੋਂ ਵਿਹਲਾ ਹੁੰਨਾ ਤੇ ਬੜਾ ਆਨੰਦ ਲਈਦਾ ਉਹਨਾਂ ਨਾਲ ਪੂਰੀ ਟੀਚਰ ਮਖੌਲ ਕਰੀਦਾ ਉਹ ਮੈਨੂੰ ਜਾਣ-ਜਾਣ ਵੀ ਫੇਰ ਕਹਿੰਦੇ ਰਹਿੰਦੇ ਆ ਵੀ ਕਈ ਵਾਰੀ ਮੈਨੂੰ ਇਹ ਕਹਿ ਲੈਂਦੇ ਨੇ ਵੀ ਤੂੰ ਇੰਨਾ ਵਧੀਆ ਕੌਣਾ ਹੈ ਕਿਤੇ ਡਿਊਟੀ ਕਰ ਦੇ ਕੋਈ ਸੋਚਿਆ ਨਹੀਂ ਕਦੇ ਹੁਣ ਉਹ ਤੂੰ ਆਪਾਂ ਲੰਘ ਚੁੱਕਿਆ ਉਹਨਾਂ ਚੀਜ਼ਾਂ ਤੋਂ ਹੈ ਨਾ ਤੇ ਉਹ ਤਾਂ ਪਹਿਲਾਂ ਮੈਨੂੰ ਬਹੁਤ ਮੌਕਾ ਹੁੰਦਾ ਵੀ ਬਾਪੂ ਵੀ ਕਰਦੇ ਅਗਰ ਲੈ ਜਾਖਤਰ ਨਾਲ ਡਿਊਟਾ ਜ ਕਰ ਅਸਲ 'ਚ ਹੁਣ ਬਾਪੂ ਨੂੰ ਆਪਦੇ ਮੈਚ ਦੀ ਗਾਉਣ ਵਾਲੀ ਨਹੀਂ ਮਿਲਣੀ ਨਹੀਂ ਯਾਨੀ ਪਤਾ ਕਰੇ ਦਿੰਦਾ ਸਹੀ ਹੈ ਸਹੀ ਹੈ ਹੁਣ ਆਪਣਾ ਉਹ ਵਾਕ ਤੂੰ ਖੁੰਝ ਚੁੱਕਿਆ ਨਾ ਦੇਖੋ ਆਪਣ ਦੇਖ ਕੇ ਚੰਗਾ ਲੱਗਦਾ ਬੰਦਾ ਫਿਰ ਇੱਕ ਇੱਕ ਹੋਰ ਗੀਤ ਜਰੂਰ ਸੁਣਾ ਦਿਓ ਤੁਹਾਡੇ ਦੋਵਾਂ ਇਕੱਠੇ ਕੋਣੇ ਜੋ ਤੁਸੀਂ ਇੱਕ ਹੋਰ ਜਰੂਰ ਸੁਣਾ ਦਿਓ ਜੋ ਤੁਹਾਨੂੰ ਸਭ ਤੋਂ ਪਸੰਦ ਹੋਵੇ ਸਭ ਤੋਂ ਵੈਸੇ ਤਾਂ ਸਾਰੀ ਬਾਈ ਬਹੁਤ ਸਾਨੂੰ ਤਾਂ ਆਪਦਾ ਨਜ਼ਾਰਾ ਹੀ ਆਉਂਦਾ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਅਸੀਂ ਤਾਂ ਸਵਾਦ ਲੈਣ ਨੂੰ ਹੀ ਆਉਂਨੇ ਆ ਹੈਨਾ ਚਲੋ ਸਰ ਸੁਣਾ ਦਿਓ ਜਰੂਰ ਸੁਣਾਓ ਹਾਂ ਚਲੋ ਆ ਸੁਣਾ ਦਿਓ ਪਹਿਲਾਂ ਸੋਰੀ ਹਾਂਜੀ ਕਹਿਰੇ ਦਾਦੇ ਦੀ ਵਿਦਾਗ ਰੱਖੀ ਹੋਈ ਪੱਗ ਨੂੰ ਚਿੱਟੀ ਰੱਖ ਕੇ ਦਿਖਾਤਾ ਪੁੱਤ ਮੈਂ ਤਾਂ ਜਗ ਨੂੰ ਹੁਣ ਤੇਰੇ ਐ ਹਵਾਲੇ ਘਰ ਬਾਹਰ ਪੁੱਤਰਾ ਓਏ ਰੱਖੀ ਕਾਲਜੇ ਕਾਲਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲਜੇ ਮੈਨੂੰ ਰੰਗਲੀ ਜਵਾਨੀ ਦੀ ਕਸਮ ਬਾਪੂ ਜੀ ਹੁਣ ਦਿੰਦਾ ਨਹੀਂ ਮੈਂ ਗਰਤ ਪਸਮ ਬਾਪੂ ਜੀ ਦੇਉਂ ਉਂਗਲਿਆ ਠੌਣ ਨਾ ਮੈਂ ਇਸ ਜੱਗ ਨੂੰ ਉਹ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੋਂ ਜਿਹੜੀ ਕਾਲ ਜਾਂਦੇ ਪਿੱਛੇ ਜੋ ਹਵਾ ਹੈ ਵਗਦੀ ਪੇਂਡੂ ਮੁੰਡਿਆਂ ਨੂੰ ਉਹ ਤਾਂ ਬੜੀ ਛੇਤੀ ਲੱਗਦੀ ਦਿੰਦਾ ਹੁਸਨ ਦਾ ਜਾਦੂ ਮਤ ਮਾਰ ਪੁੱਤਰਾ ਓਏ ਰੱਖੀ ਕਾਲ ਜੇ ਕਾਲ ਜੇ ਨੂੰ ਲਾ ਕੇ ਦਸਤਾਰ ਪੁੱਤਰਾ ਰੱਖੀ ਕਾਲ ਜੇ ਬਾਪੂ ਮੇਰੇ ਆ ਮੈਂ ਬਣਦਾ ਨਹੀਂ ਮਜ ਨੂੰ ਕਦੇ ਇੱਕ ਨਾਲ ਨਹੀਂ ਲਗਾਉਂਦਾ ਗੁੱਝੀ ਅੱਗ ਨੂੰ ਕਦੇ ਨਾਲ ਪੀੜਾਂ ਦੇ ਮੈਂ ਬਿੰਨਦਾ ਨਹੀਂ ਤੇਰੀ ਰਗ ਨੂੰ ਉਹ ਰੱਖੂ ਜਾਨ ਤੋਂ ਜਾਨ ਤੋਂ ਪਿਆਰੀ ਬਾਪੂ ਤੇਰੀ ਪੱਗ ਨੂੰ ਮੈਂ ਰੱਖੂ ਜਾਨ ਤੋਂ ਜੋ ਫਿਰ ਪੱਗਾ ਵੀ ਮੈਚਿੰਗ ਕਰਕੇ ਬਣੀਆਂ ਗਈਆਂ ਨੇਗੀਆਂ ਪ੍ਰੋਗਰਾਮ ਵੀ ਲਾਉਣਾ ਹੈ ਇਹ ਦੂਜਾ ਪ੍ਰੋਗਰਾਮ ਤੇ ਵੀ ਹਾਂ ਇਹ ਦੂਜਾ ਪ੍ਰੋਗਰਾਮ ਵੀ ਰਾਤ ਨੂੰ 7:00 ਵਜੇ ਤੋਂ ਦੇਣਾ ਹੈ ਜੀ ਹਾਂ ਬਸ ਫਿਰ ਚੱਲਦਾ ਰਹਿੰਦਾ ਬਾਈ ਹਨਾ ਮਤਲਬ ਦੇਖੋ ਕੱਲ੍ਹ ਵਹਿ ਤੇ ਪ੍ਰੋਗਰਾਮ ਦੇ ਕੇ ਆਏ ਅੱਜ ਵੀ ਦੇਣਾ ਤੇ ਕੱਲ ਦਾ ਦਿਨ ਵਿਹਲੇ ਫਿਰ ਲਗਾਤਾਰ 17 ਤੱਕ मतलब ਇੱਕ ਇਹ ਬਹੁਤ ਵੱਡੀ ਕਮਾਈ ਆ ਕਿ ਵਿਆਹਾਂ ਸ਼ਾਦੀਆਂ ਤੇ ਵੀ ਪ੍ਰੋਗਰਾਮ ਲੱਗਦੇ ਆਗੇ ਹਾਂ ਦੇਖੋ ਗੱਲ ਇਹ ਆ ਨਾ ਸ਼ਾਮਲਾ ਜੀ ਨੇ ਸਾਨੂੰ ਲਿਖ ਕੇ ਕੁਝ ਇੰਨਾ ਵਧੀਆ ਦਿੱਤਾ ਕਿ ਉਹਨੂੰ ਹਰ ਵਰਗ ਪਸੰਦ ਕਰਦਾ ਹੈ ਬੱਚੇ ਤੋਂ ਲੈ ਕੇ ਬੁੱਢੇ ਤੱਕ ਕੱਲ ਅਸੀਂ ਪ੍ਰੋਗਰਾਮ ਜਿਹੜਾ ਲਾ ਕੇ ਆਇਆ ਨਾ ਉਹਨਾਂ ਦੇ ਬੇਟੀ ਦਾ ਵਿਆਹ ਸੀ ਆ ਉਹ ਕੈਨੇਡਾ ਸੀਗੇ ਉੱਥੋਂ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਇੱਦਾਂ ਦਾ ਮੇਰੀ ਅਸਲ ਮੈਨੂੰ ਪਤਾ ਤਾਂ ਸਾਨੂੰ ਉੱਥੇ ਜਾ ਕੇ ਲੱਗਿਆ ਵੀ ਉਹਨਾਂ ਦੀ ਹੀ ਬੇਟੀ ਦਾ ਵਿਆਹ ਹੈ ਉਹਨਾਂ ਨੇ ਮੈਨੂੰ ਪ੍ਰੋਗਰਾਮ ਉੱਥੇ ਦੇਤਾ ਵੀ ਇੱਦਾਂ ਦਾ ਤੁਸੀਂ ਸਾਡੇ ਵਿਆਹ ਨੂੰ ਕੁਦਰ ਦੇ ਨਾਲ ਵੀ ਉੱਥੇ ਫਲਾਣੇ ਪਲੇਸ ਪ੍ਰੋਗਰਾਮ ਦੇਣਾ ਤੇ ਉਹਨਾਂ ਨੇ ਮੈਨੂੰ ਡਰੈਸ ਭੇਜਤਾ ਤੇ ਅਸੀਂ ਉੱਥੇ ਚਲੇ ਗਏ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਹੈ ਨਾ ਤੇ ਦੇਖੋ ਗੱਲ ਇਹ ਹੈ ਸਾਡੇ ਵਰਗੇ ਸਾਡੇ ਤੇ ਲਾਲੋ ਚਾਹ ਇੱਕ ਵੀ ਸ਼ਰਮ ਲੈ ਲੋ ਵਿਆਹਾਂ ਦੇ ਵਿੱਚ ਕੌਣ ਸੁਣਦਾ ਜੇ ਕਰਤਾ ਗੁਰੂ ਘਰ ਬੈ ਕੇ ਨਹੀਂ ਕੋਈ ਸੁਣਦਾ ਕਵੀਸ਼ਰ ਨੂੰ ਹਾਲਾਤ ਕੁਝ ਧੰਦੇਵਾਨਗੇ ਪਰ ਸਾਨੂੰ ਵਿਆਹਾਂ ਚ ਵੀ ਸੁਣਿਆ ਜਾਂਦਾ ਦੋ ਦਿਨ ਪਹਿਲਾਂ ਅਸੀਂ ਜਿਉਣਾ ਮੋੜ ਦੀ ਸਮਾਤ ਤੇ ਮੋੜਾਂ ਪਿੰਡ 가 ਕੇ ਆਏ ਉਹਨਾਂ ਨੂੰ ਜਿਉਣਾ ਮੋੜ ਸੁਣਾ ਕੇ ਤੇ ਉਹਨਾਂ ਨੇ ਵੀ ਬੜਾ ਜ਼ਿਆਦਾ ਪਸੰਦ ਕੀਤਾ ਤੇ ਮਤਲਬ ਉੱਥੇ ਬੁਲਾਇਆ ਸਨ ਸਾਰੇ ਸੱਭਿਆਚਾਰ ਟੂਰਨਾਮੈਂਟਾਂ ਤੇ ਸਾਰੇ ਬੁਲਾਉਣ ਦੇ ਲੋਕ ਵਧੀਆ ਸਤਿਕਾਰ ਕਰਦੇ ਨੇ ਜਿਹੜੀ ਕਹਿਣ ਦਾ ਮਤਲਬ ਹੈ ਸ਼ામਲਾ ਸਾਹਿਬ ਨੇ ਨਾ ਗੱਲਾਂ ਚਾਹੇ ਸਮਾਜਿਕ ਗੱਲਾਂ ਨੇ ਉਹ ਵੀ ਜਮਾ ਸਮਾਜ ਦੇ ਵਿੱਚ ਵਿੱਚ ਵੜ ਕੇ ਜਣੀ ਉਹਨਾਂ ਦੇ ਗੱਲਾਂ ਦੇ ਐਨ ਆਪ ਹੰਡਾ ਹੰਡਾ ਕੇ ਲਿਖਣ ਵਾਲੀ ਗੱਲ ਤੇ ਜਿਵੇਂ ਹੁਣ ਜੋਣੇ ਮੋੜ ਦੀ ਬਾਪੂ ਜੀ ਨੇ ਗੱਲ ਕਰੀ ਆ ਉਹਦੇ ਬਾਰੇ ਵੀ ਕਿਤਾਬਾਂ ਪੜ੍ਹ ਕੇ ਪੂਰੀ ਐ ਘੋਖ ਕਰਕੇ ਉਹ ਐ ਲਿਖਦੇ ਨੇ ਉਹ ਜਣੀ ਤਿਆਰ ਐ ਇੰਨਾ ਵਧੀਆ ਕਰਦੇ ਨੇ ਉਹਨੂੰ ਤਾਂ ਫਿਰ ਜਦੋਂ ਕੋਈ ਵਧੀਆ ਗੱਲ ਦੇ ਵਿੱਚ ਜਾਨ ਹੋਊਗਾ ਤੇ ਜਾਨ ਹੋਊ ਗੱਲ ਦੇ ਵਿੱਚ ਵੀ ਜਾਨ ਹੈ ਤੇ ਤੁਹਾਡੇ ਗਾਉਂ ਦੇ ਵਿੱਚ ਵੀ ਜਾਨ ਹੈ ਜਦੋਂ ਗੌਨ ਇਹੋ ਤਾਂ ਬੰਦਾ ਸੁਣ ਕੇ ਇੱਕ ਵਾਰ ਲੂ ਕੰਡੇ ਖੜੇ ਹੋ ਜਾਂਦਾ ਕਿ ਇੰਨੀ ਗੜਕ ਨਾਲ ਲਗਾਉਨੇ ਹੋਗੇ ਦੇਖੋ ਗੱਲ ਇਹ ਹੁਣ ਸ਼ਮਲਾ ਜੀ ਅਸੀਂ ਕਈ ਵਾਰ ਹੁਣ ਪਹੋ ਆਉਣਾ ਹੈ ਨਾ ਕਪਾਲ ਮੋਚ ਆਉਂਦਾ ਉਹ ਪਹੋਏ ਤੇ ਖਾਸ ਕਰਕੇ ਕੁਝ ਏਦਾਂ ਦੇ ਸਾਡੇ ਲੋਕ ਜਾਣਦੇ ਨੇ ਜਿਨ੍ਹਾਂ ਨੂੰ ਕੁਝ ਪਰਿਵਾਰ ਤੋਂ ਪਰੇ ਹੋ ਕੇ ਕੁਝ ਸੁਣਨ ਨੂੰ ਮਿਲਦਾ ਸਿਆਣੇ ਬੰਦਿਆਂ ਨੂੰ ਕੋਈ ਬੰਦਾ ਚਲੋ ਸਿਆਣਾ ਤਾਂ ਹੁੰਦੇ ਨਹੀਂ ਹੁੰਦਾ ਮਨੋਰੰਜਨ ਹਰ ਬੰਦਾ ਭਾਲਦਾ ਹੈ ਨਾ ਤੇ ਇੱਕ ਦਿਨ ਪਹਿਲਾਂ ਪਹੁੰਚ ਜਾਂਦੇ ਆ ਉਹ ਲੋਕ ਹੁਣ ਸ਼ਮਲਾ ਜੀ ਨੇ ਇੱਕ ਹੀਰ ਲਿਖੀ ਆ ਅਸੀਂ ਲਗਭਗ ਉਹਨਾਂ ਮਿਲਣ ਤੇ ਉਹਨਾਂ ਨੂੰ ਗਾ ਲੈਣਿਆ ਹੀਰ ਨੂੰ ਹੈ ਨਾ ਤੇ ਹੀਰ ਲਿਖੀ ਨੂੰ ਉਹਨੂੰ ਮਹੀਨਾ ਹੋ ਗਿਆ ਹਾਲੇ ਉਹਨੇ ਸਾਨੂੰ ਦਿੱਤੀ ਨਹੀਂ ਮੈਂ ਤਿੰਨ ਚਾਰ ਵਾਰ ਉਹਨੂੰ ਕਹਿ ਚੁੱਕਿਆ ਵੀ ਸਾਨੂੰ ਭੇਜ ਦੇ ਤਿਆਰ ਕਰਨੀ ਆ ਉਹ ਕਹਿੰਦਾ ਅਜੇ ਮੇਰੇ ਮੇਰੀ ਸੋਚ ਤੇ ਪਹੁੰਚੀ ਨਹੀਂ ਉਹ ਨਹੀਂ ਤਾਂ ਹੀ ਜਾਂਦਾ ਬਣਾਈ ਜਾਂਦਾ ਢਾਈ ਜਾਂਦਾ ਬਣਾਈ ਜਾਂਦਾ ਸਾਰਾ ਕੁਲੀ ਇੱਕੇ ਰੱਖੂ ਫਿਰ ਅਸੀਂ ਲਿਖਿਆ ਉਹਦਾ ਫਿਰ ਅਸੀਂ ਸਿਲੈਕਟ ਕਰਨਾ ਹੈ ਅਸੀਂ ਉਹਨੂੰ ਦੱਸਣਾ ਵੀ ਨਹੀਂ ਆ ਜਿਹੜਾ ਤਾਂ ਲਿਖਿਆ ਇਹਦੇ ਨੂੰ ਆ ਵਧੀਆ ਇਹਦੇ ਨੂੰ ਆ ਵਧੀਆ ਫਿਰ ਕਿਤੇ ਜਾ ਕੇ ਤਿਆਰ ਹੁੰਦੀ ਆ ਫਿਰ ਕਿਤੇ ਕੋਈ ਸੁਣਦਾ ਬੰਦਾ ਹੈ ਮੈਨੂੰ ਨਹੀਂ ਜੇ ਸ਼ਮਲਾ ਸਾਹਿਬ ਨੂੰ ਬਈ 10 ਵਾਰ ਕਹਦੇ ਨਾ ਇੱਕ ਕਪ ਤਾਂ ਜੇ ਵੀ 10 ਵਾਰ ਕਹਦੇ ਵੀ ਯਾਰ ਨਾ ਬਾਪੂ ਇਹਦੇ 'ਚ ਹਲੇ ਫਰਕ ਹੈ ਉਹ ਬੰਦਾ ਜਿਹੜੀ ਇੰਨਾ ਦਿਲੋਂ ਜੁੜਿਆ ਹੋਇਆ ਨਾਲ ਤੇ ਉਹਨੇ 10 ਵਾਰ ਟਾਕੇ ਲਿਖਦਣੀ ਕੋਈ ਨਹੀਂ ਫਿੱਟਨੀ ਹੈ ਮਤਲਬ ਸ਼ਮਲਾ ਜੀ ਜੇ ਮੈਂ ਕੁਆਲਿਟੀ ਦੇਖਿਆ ਮੈਂ ਦੋ ਲਾਈਨਾਂ ਲਿਖਦਾ ਤੂੰ ਮੈਨੂੰ ਕਹਦੇ ਵੀ ਯਾਰੇ ਤਾਂ ਕੁਝ ਨਹੀਂ ਮੈਂ ਤੇਰੇ ਗੱਲ ਪਈ ਜੂ ਯਾਰ ਹੱਥ ਦੋ ਗਿਆ ਮੈਂ ਤਾਂ ਯਾਰ ਇੰਨੇ ਇੰਨਾ ਜ਼ੋਰ ਲਾ ਕੇ ਲਿਖੀਆਂ ਨੇ ਸ਼ਮਲਾ ਜੀ ਨੂੰ ਜੇ ਤੁਸੀਂ ਕਾਪਟਾ ਲਿਖਤੀ ਇੱਕ ਨਹੀਂ ਪੰਜ ਵਾਰੀ ਜੇ ਤੁਸੀਂ ਕਹਤਾ ਵੀ ਸ਼ਮਲਾ ਜੀ ਹਲੇ ਬਣੀ ਨਹੀਂ ਉਹਨੇ ਇਹ ਨਹੀਂ ਕਹਿਣਾ ਵੀ ਇਹ ਚ ਘਾਟ ਗਈ ਹੈ ਮੈਂ ਉਹਨੇ ਕਹਿਣਾ ਵੀ ਹਾਂ ਬਣੀ ਨਹੀਂ ਜਿੰਨੀ ਵਾਰੀ ਮਰਜੀ ਕਹਿ ਦੋ ਟਾਹੀ ਜੋ ਬਣਾਈ ਜੋ ਜਦ ਤੁਸੀਂ ਕਹਤਾ ਵੀ ਹਾਂ ਬਣ ਗਈ ਫਿਰ ਉਹਨੇ ਕਹਿਣਾ ਵੀ ਠੀਕ ਆ ਫਿਰ ਹਾਂ ਇਹ ਉਹਨਾਂ ਚ ਮੈਂ ਕੁਆਲਿਟੀ ਦੇਖਿਆ ਮੈਂ ਹਰ ਬੰਦੇ ਚ ਨਹੀਂ ਦੇਖੀ ਨਹੀਂ ਬੰਦਾ ਤਾਂ ਦੋ ਲਾਈਨਾਂ ਲਿਖੀਆਂ ਤੇ ਕਹਿੰਦਾ ਵਾ ਚੱਕ ਦੇ ਬਥੇਰੇ ਆਉਂਦੇ ਨਹੀਂ ਸਾਡੇ ਕੋਲੇ ਹਾਂ ਤਾਂ ਭਾਈ ਇੱਕ ਜੋ ਹੋਰ ਆਪਣੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ ਗਾਣਾ ਕੋਈ ਸੁਣਾ ਦਿਓ ਹਉ ਭੁੱਲ ਕੇ ਵੀ ਫੇਸਬੁਕ ਤੇ ਅੱਖਾਂ ਨਾ ਚਾਰ ਕਰੋ ਕੋਰਟ ਵਿੱਚ ਮੈਰਜ ਕਰਕੇ ਹੱਦਾਂ ਨਾ ਪਾਰ ਕਰੋ ਕੋਰਟ ਵਿੱਚ ਮੈਰਜ ਕਰਕੇ ਹੱਦਾਂ ਨਾ ਪਾਰ ਕਰੋ ਤੋ ਨਹੀਂ ਕੋਈ ਸਾਬਣ ਸਕਦਾ ਤੋ ਨਹੀਂ ਕੋਈ ਸਾਬਣ ਸਕਦਾ ਓਏ ਹੋਈ ਪੱਗ ਦਾਗੀ ਨੂੰ ਅਸਲਾ ਨਾ ਚੱਕਣ ਰਈਏ ਝੂਲਦੇ ਸ਼ਰਾਬੀ ਨੂੰ ਖਬਰੇ ਕਦ ਚੰਦ ਛਾੜਦੇ ਉਸ ਜੇ ਜੋ ਗਿਫਟਾਂ ਪਿੱਛੇ ਕੱਚਿਆਂ ਤੇ ਤਰਦੀ ਨਾ ਹੋ ਦੂਰੋਂ ਜੋ ਅੱਗ ਫੜੇ ਨਾ दारू ਉਹ ਕਰਦੀ ਨਾ ਹੋ ਦੂਰੋਂ ਜੋ ਅੱਗ ਫੜੇ ਨਾ दारू ਉਹ ਕਰਦੀ ਨਾ ਘਟੀਆਂ ਨਾ

ਘਟਿਆ ਨਾ ਟਿਚਿਰ ਕਰੀਏ ਮਾ ਵਰਗੀ ਭਾਬੀ ਨੂੰ ਅਸਲਾ ਨਾ ਅਸਲਾ ਨਾ ਚੱਕਣ ਦੀਏ ਝੂਲਦੇ ਸ਼ਰਾਬੀ ਨੂੰ ਘਮ ਰਹੇ ਕਦ ਚੰਦ ਝਾੜਦੇ ਸੌਂਦੇ ਨਾ ਖਿੜਖਿੜ ਹੱਸਦੇ ਸੋਰਾ ਤੈਨੂੰ ਕਦੇ ਕਰੀਏ ਨਾ ਸੇਜ ਪਰਾਈ ਬਲ ਨੂੰ ਬਈ ਮੂੰਹ ਕਦੇ ਕਰੀਏ ਨਾ ਹੁਸਨ ਪਰਾਏ ਵੱਲ ਨੂੰ ਬਈ ਮੂੰਹ ਕਦੇ ਹੋ ਕਹਿੰਦਾ ਹਰਪਾਲ ਰੋਕ ਲੋ ਆਖੇ ਹਰਪਾਲ ਰੋਕ ਲੋ ਏ ਚੰਚਲ ਮਨ ਬਾਗੀ ਨੂੰ ਹੋਏ ਅਸਲਾਨਾ ਅਸਲਾਨਾ ਚੱਕਣ ਦਈਏ ਝੂਲ ਦੇ ਸ਼ਰਾਬੀ ਨੂੰ ਖਵਰੇ ਕਦ ਚੰਦ ਛਾੜ ਦੇ ਵਾਹ ਜੀ ਵਾਹ ਬੜਾ ਸੋਹਣਾ ਗਾਇਆ ਤੇ ਮੇਰੇ ਤਾਂ ਜੀ ਕਰਦਾ ਗਾਣਾ ਹੋਰ ਪੰਜ ਸੱਤ ਮਿੰਟ ਦਾ ਲੰਬਾ ਹੋਵੇ ਇਹ ਪਰ ਬਾਪੂ ਮੈਨੂੰ ਇਹ ਦੱਸੋ ਕਦੇ ਦੋਵਾਂ ਨੂੰ ਕਦੇ ਆਫਰ ਆਈ ਹੈ ਕਿ ਬਾਈ ਸਾਨੂੰ ਨਾੜ ਲਾ ਲੋ ਜਾਂ ਸਾਡੇ ਨਾਲ ਗਾਉਣ ਲੱਗ ਜਾ ਕਦੇ ਆਫਰ ਆਈਆਂ ਨੇ ਜੀ ਆਫਰਾਂ ਦੀ ਗੱਲ ਇਹ ਹੈ ਮੈਂ ਤੁਹਾਨੂੰ ਇਹਦੇ ਨਾਲ ਇੱਕ ਲੱਗਦੀ ਹੋਰ ਗੱਲ ਦੱਸਾਂ ਨਾ ਜਿਹੜੇ ਜੋ ਬੰਦਾ ਕੰਮ ਕਰਦਾ ਹੈ ਜੋ ਉਹਦੇ ਵਿੱਚ ਕੁਝ ਹੈ ਕੋਈ ਗੁਣ ਹੈ ਉਹਨ ਫਿਰ ਆਫਰਾਂ ਹੀ ਆਫਰਾਂ ਹੀ ਹੁੰਦੀਆਂ ਨੇ ਹੈਨਾ ਮੈਨੂੰ 40 ਸਾਲ ਹੋ ਗਏ ਇਹ ਸਾਈਡ ਤੇ ਆਏ ਨੂੰ ਵੱਧ ਹੀ ਹੋ ਗਏ 40 ਤੋਂ ਘੱਟ ਤੋਂ ਘੱਟ 40 ਹੋ ਗਏ ਉਹ ਤਾਂ 45 ਹੋ ਲਾ ਲ ਤੇ ਉਦੋਂ ਦੀਆਂ ਆਫਰ ਆਉਂਦੀਆਂ ਨੇ ਇਹਨੂੰ ਵੀ ਆਉਂਦੀਆਂ ਨੇ ਨਹੀਂ ਮੰਨ ਗੱਲ ਕਰ ਵੀ ਸੋਸ਼ਲ ਮੀਡੀਆ ਤੇ ਹੁਣ ਤੁਹਾਡੀ ਜੋੜੀ ਬਹੁਤ ਹਿੱਟ ਹੈ ਉਹੀ ਦੱਸ ਰਿਹਾ ਨਾ ਜਿੱਦੇ ਦੇ ਅਸੀਂ ਮਤਲਬ ਇਕੱਠੇ ਹੋਏ ਸੋਸ਼ਲ ਮੀਡੀਆ ਤੇ ਉਹਦੇ ਦੀਆਂ ਤਾਂ ਹੋਰ ਜ਼ਿਆਦਾ ਵਧੀਆ ਹੋਈਆਂ ਨੇ ਕੋਈ ਬੰਦਾ ਐਂ ਕਹਿੰਦੇ ਇੱਕ ਗਾਣਾ ਪਵਾ ਦੋ ਮੇਰਾ ਤੂੰ ਮੇਰੇ ਨਾਲ ਇੱਕ ਗਾਣਾ ਪਵਾ ਦੋ ਸੋਸ਼ਲ ਮੀਡੀਆ ਤੇ ਹੈਨਾ ਬਹੁਤ ਜ਼ਿਆਦਾ ਹੁੰਦੀਆਂ ਨੇ ਥੋੜੀਆਂ ਹੁੰਦੀਆਂ ਚਲੋ ਚੰਗੀ ਗੱਲ ਹੈ ਲੱਗਦਾ ਜਿਵੇਂ ਮਹਿਸੂਸ ਹੁੰਦੀ ਹੈ ਵੀ ਜੇ ਕੋਈ ਸਹਿਤਾਂ ਲੋਕ ਆਫਰਾਂ ਕਰਦੇ ਆ ਬਾਹਲੀ ਜ਼ਿਆਦਾ ਹਾਂ ਮੱਕੀ ਦੇ ਵਿੱਚ ਸਾਡੇ ਸ਼ਮਲਾ ਜੀ ਦਾ ਬਹੁਤ ਹੱਥ ਹੈ ਸੀ ਇਕੱਲੇ ਵੀ ਚਲੋ ਪਹਿਲਾਂ ਵੀ ਅਸੀਂ ਗਾਉਂਦੇ ਸੀਗੇ ਇਹ ਵੀ ਥੋੜਾ ਮੋਟਾ ਸ਼ੌਕ ਰੱਖਦਾ ਦੀ ਇਹ ਤੋਂ ਪਹਿਲਾਂ ਮੈਨੂੰ ਤਾਂ ਬੜਾ ਟਾਈਮ ਹੋ ਗਿਆ ਸੀ ਪਰ ਜਦੋਂ ਦੀ ਸਾਨੂੰ ਸ਼ਮਲਾ ਜੀ ਫਿਰ ਮਿਲੇ ਨੇ ਨਾ 14-15 ਸਾਲ ਦੇ ਹੁਣ 5-6 ਸਾਲ ਤੋਂ ਮੇਰੇ ਖਿਆਲ ਇਹ ਸਾਈਟ ਤੇ ਸਾਨੂੰ ਆਇਆਂ ਨੂੰ ਹੋ ਗਏ ਤੇ ਬੜਾ ਚੰਗਾ ਬਾਈ ਕਦੇ ਇਹ ਤਾਂ ਨਹੀਂ ਹੁੰਦਾ ਕਿ ਗਾਣਾ ਗਾਉਣ ਨੂੰ ਲੈ ਕੇ ਸ਼ੋਅ ਲਾਉਣ ਜਾਂਦੇ ਹੋ ਗਾਣਾ ਗਾਉਣ ਨੂੰ ਲੈ ਕੇ ਕਦੇ ਕਿ ਇਹ ਤਾਂ ਅਭੀ ਅੱਜ ਆ ਗਾਉਣਾ ਆ ਗਾਉਣਾ ਇਹ ਕੋਈ ਤਕਰਾਰ ਤਾਂ ਨਹੀਂ ਹੋਈ ਕਦੇ ਨਾ ਨਾ ਬਾਈ ਸਾਨੂੰ ਸਾਰੇ ਗਾਣੇ गा ਕੇ ਨਜ਼ਾਰਾ ਆਉਂਦਾ ਨਾ ਨਾ ਕੋਈ ਚੱਕਰ ਨਹੀਂ ਸੌਂਦੋ ਮੈਂ ਬਧੀ ਲੱਗਦੇ ਨੇ ਸਾਰੇ ਬਸ ਐਦਾਂ ਵੀ ਕੋਈ ਪਹਿਲਾਂ ਕੋਈ ਮਗਰੋਂ ਆਏ ਅਸੀਂ ਰਹਿ ਜ਼ਰੂਰ ਕਰ ਲੈਨੇ ਆ ਦੱਪੂ ਜੀ ਨਾਲ ਵੀ ਪਹਿਲਾਂ ਕਿਹੜਾ ਗਾਈਏ ਐਂ ਤਾਂ ਕਦੇ ਵੀ ਨਹੀਂ ਆਇਆ ਬਾਈ ਜਿਵੇਂ ਮੇਰੇ ਜਿਵੇਂ ਤੁਸੀਂ ਕਹਿੰਨ ਉਹ ਵੀ ਦਾਦੇ ਪੋਤੇ ਵਾਲੀ ਜੋੜੀ ਮੇਰੇ ਪਿਤਾ ਜੀ ਦੀ ਉਮਰ ਦੇ ਨੇ ਹਣਾ ਮੇਰੇ ਦਾਦਾ ਜੀ ਦੀ ਉਮਰ ਦੇ ਨੇ ਜੇ ਕਦੇ ਮੈਂ ਵੀ ਇਹਨਾਂ ਨੂੰ ਰਾਇ ਦਿੰਦਾ ਨਾ ਅਸਲ ਦੇ ਵਿੱਚ ਸੁਭਾਅ ਵੀ ਇਹ ਚੱਲ ਵੀ ਤਾਂ ਹੀ ਰਿਹਾ ਨਾਲੇ ਮੈਂ ਛੋਟਾ ਜਦ ਕਿ ਇਹਨਾਂ ਨੂੰ ਮੈਂ ਹਲੇ ਦੱਸਣ ਜੋਗਾ ਤਾਂ ਕੁਝ ਵੀ ਨਹੀਂ ਪਰ ਜੇ ਜਣੀ ਕਿਤੇ ਨਾ ਕਿਤੇ ਮੈਨੂੰ ਕੋਈ ਗੱਲ ਲੱਗੇ ਵੀ ਬਾਪੂ ਜੀ ਨੂੰ ਪੈਂ ਜੇ ਨਾ ਕਰਕੇ ਦੇਖ ਲਈਏ ਇਹਨਾਂ ਦੇ ਜਦ ਫਿਰ ਇਹ ਕਹਣਗੇ ਹਾਂ ਵੀ ਇਹ ਤੇਰੇ ਵਾਲੀ ਗੱਲ ਠੀਕ ਹੈ ਜੀ ਠੀਕ ਲੱਗੇ ਐ ਚੱਲੀ ਜਾਂਦਾ ਭਾਈ ਜਿਵੇਂ ਸ਼ਮਲਾ ਸਾਹਿਬ ਨੂੰ ਵੀ ਮੈਨੂੰ ਇਹ ਕਹਿਣ ਜਾਂ ਮੈਂ ਇਹਨਾਂ ਨੂੰ ਕਹਾ ਇਹ ਤਾਂ ਹੀ ਹੈ ਕਿ ਪ੍ਰਮਾਤਮਾ ਵੱਲੋਂ ਹੈ ਕੋਈ ਅਸੀਂ ਜਾਣ ਪੁੱਝ ਕੇ ਨਹੀਂ ਕਰਦੇ ਉਹ ਪਤਾ ਨਹੀਂ ਬਸ ਕੀ ਹੈ ਚੱਲੀ ਜਾਂਦਾ ਇੱਕ ਦੂਜੇ ਦੀ ਮੰਨ ਲੈਣੇ ਤੇ ਵਧੀਆ ਹੋ ਜਾਂਦਾ ਉਹ ਸਿਲੈਕਸ਼ਨ ਕੌਣ ਕਰਦਾ ਫਿਰ ਗਾਣਿਆਂ ਦੀ ਸਾਰੇ ਇਕੱਠੇ ਕਰਦੇ ਆਂ ਬਈ ਇਕੱਠੇ ਮਤਲਬ ਉਹ ਟੀਮ ਹੈ ਇਕੱਠੇ ਦੇਖੋ ਸ਼ਮਲਾ ਸਾਹਿਬ ਲਿਖ ਲੈਂਦੇ ਨੇ ਬਾਪੂ ਜੀ ਪੜ੍ਹਦੇ ਨੇ ਮੈਂ ਵੀ ਪੜ੍ਹ ਲੈਣਾ ਉਹੀ ਗੱਲ ਫਿਰ ਤੁਹਾਨੂੰ ਫਿਰ ਦੁਹਰਾਉਣਾ ਵੀ ਇਹ ਸਾਡੇ ਚ ਇੱਕ ਨੂੰ ਵੀ ਐ ਲੱਗੇ ਵੀ ਐ ਐ ਦੇਖੋ ਪਹਿਲਾਂ ਤਾਂ ਕੰਮ ਲਿਖਣਾ ਸ਼ਮਲਾ ਸਾਹਿਬ ਦਾ ਜੇ ਸਾਨੂੰ ਐ ਲੱਗੇ ਵੀ ਯਾਰ ਬਾਪੂ ਇਹਦੇ ਚ ਹਲੇ ਹੋਇਆ ਉਹ ਐ ਨਹੀਂ ਪੁੱਛਦੇ ਵੀ ਕੀ ਗਲਤੀ ਹੈ ਜੀ ਉਹ ਕਹਿੰਣਗੇ ਕੋਈ ਨਾ ਤੁਸੀਂ ਇਹਨੂੰ ਰਹਿਣ ਦੋ ਹੋਰ ਕਰੋ ਮੈਂ ਦੁਬਾਰਾ ਲਿਖਦਾ ਉਹ ਫੇਰ ਲੈ ਕੇ ਕਈ ਵਾਰੀ ਕੀ ਹੁੰਦਾ ਨਾ ਸ਼ਮ ਅਸੀਂ ਇਦਾਂ ਚੱਕਦੇ ਹਾਂ ਨਾ ਉਹ ਸਮਝ ਜਾਂਦੇ ਨੇ ਵੀ ਇਹ ਪਾਉਣਗੇ ਨਹੀਂ ਅੱਜ ਗਾਣਾ ਕਰਨਗੇ ਨਹੀਂ ਤੇ ਸਾਨੂੰ ਬਾਅਦ ਜਦੋਂ ਦੁਬਾਰਾ ਫਿਰ ਅਸੀਂ ਉਹ ਸਾਨੂੰ ਚੰਗਾ ਲੱਗ ਜਾਂਦਾ ਉਹ ਕਰ ਦਿੰਦੇ ਨੇ ਸੈਟਿੰਗ ਫਿਰ ਪਾ ਦਿੰਦੇ ਆ ਤੇ ਕਈ ਵਾਰੀ ਸਾਨੂੰ ਉਹਨਾਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਸੀ ਉਦੋਂ ਵੀ ਤੁਸੀਂ ਇਹ ਗਾਣੇ ਨੂੰ ਅੱਜ ਕਰਦੇ ਨਹੀਂ ਹੈਗੇ ਕਰੋ ਗਣੀ ਆ ਨਹੀਂ ਤੁਸੀਂ ਇੱਕ ਹੋਰ ਲਿਖਿਆ ਇਹ ਦੇਖੋ ਹਣਾ ਉਸ ਤੋਂ ਬਾਅਦ ਫੇਰ ਜਦੋਂ ਅਸੀਂ ਗੋਵਨੀ ਆ ਜਿ ਸ਼ਮਲਾ ਸਾਹਿਬ ਨਾਲ ਹੋਣ ਜਾਂ ਜਦੋਂ ਵੀ ਹਨਾ ਅਸੀਂ ਲਗਭਗ ਨਾਲ ਹੀ ਹੁੰਦੇ ਨੇ ਜੇ ਉਹਨਾਂ ਨੂੰ ਕੀ ਫਰਕ ਲੱਗੇ ਵੀ ਨਹੀਂ ਯਾਰ ਮੇਰੇ ਲੱਵੇ ਨਾ ਬਾਈ ਫੋਨ ਤੁਸੀਂ ਦੇਖ ਲਿਓ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਇੱਕ ਦੋ ਹਲੇ ਐ ਪਏ ਐ ਗਾਣੇ ਜਿਹੜੀ ਸਾਡੇ ਉਹਦੇ ਵਿੱਚ ਬਣਾਈ ਪਈ ਆ ਵੀਡੀਓ ਉਹਦੀ ਰਿਕਾਰਡ ਕਰੇ ਪਏ ਐ ਫੋਨ 'ਚ ਪਰ ਉਹ ਹਲੇ ਪਾਏ ਨਹੀਂ ਹੁਣ ਜਦੋਂ ਅਗਲੀ ਵਾਰੀ ਮਿਲਾਂਗੇ ਉਹਨੂੰ ਫੇਰ ਵੀ ਜਣੀ ਢਾ ਕੇ ਦੁਬਾਰੇ ਬਣਾ ਲਾਂਗੇ ਐਦਾਂ ਹੁੰਦਾ ਵੀ ਹਲੇ ਜਦੋਂ ਸਾਰੇ ਇਕੱਠੇ ਬਹਿ ਕੇ ਕਰਦੇ ਆਂ ਤੇ ਅਖੀਰ ਤੇ ਬਾਪੂ ਜੀ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਤੁਹਾਡੇ ਦਰਸ਼ਕ ਨੇ ਤੁਹਾਨੂੰ ਪਸੰਦ ਕਰਨ ਵਾਲੇ ਨੇ ਲੋਕ ਹਨਾ ਮੈਸੇਜ ਕੀ ਦੇਣਾ ਚਾਹੋਗੇ ਉਹਨਾਂ ਨੂੰ ਮੈਸੇਜ ਤਾਂ ਪਹਿਲਾਂ ਤਾਂ ਮੈਂ ਇਹ ਦੇਣਾ ਚਾਹੂੰਗਾ ਵੀ ਮੈਂ ਗੁਰੂ ਮਹਾਰਾਜ ਜੀ ਦੀ ਬੇਨਤੀ ਕਰਦਾ ਸਾਰੇ ਚੜ੍ਹਦੀ ਕਲਾ ਚ ਰਹਿਣਾ ਮੈਸੇਜ ਇਹ ਦੇਵਾਂਗਾ ਤੇ ਚੰਗਾ ਸੁਣਨ ਤੇ ਚੰਗੇ ਖਿਆਲ ਰੱਖਣਾ ਆਪਣੇ ਚੰਗੇ ਵਿਚਾਰ ਰੱਖਣਾ ਤੇ ਚੰਗੀਆਂ ਚੀਜ਼ਾਂ ਸੁਣਨਗੇ ਤੇ ਚੰਗੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਚੰਗੀਆਂ ਚੀਜ਼ਾਂ ਸਿਖਾਉਣਗੇ ਸੁਣਾਉਣਗੇ ਤਾਂ ਮੈਨੂੰ ਲੱਗਦਾ ਜੀਵਨ ਵਧੀਆ ਰਹੂਗਾ ਮੈਂ ਤਾਂ ਬਾਈ ਥੋਡੇ ਵੱਲੋਂ ਕੀ ਮੈਸੇਜ ਆ ਬਾਈ ਮੇਰੇ ਮੈਂ ਤਾਂ ਮੈਸੇਜ ਦੇਣ ਚੋਗਿਆ ਹਲੇ ਕਿਤੇ ਉਹ ਸ਼ਮਲਾ ਸਾਹਿਬ ਦੇ ਗਾਣੇ ਦੀ ਦੋ ਲਾਈਨਾਂ ਨੇ ਬਪੂ ਜੀ ਜੇ ਉਹ ਤੁਹਾਡੇ ਯਾਦ ਨੇ ਸੁਣਾਈ ਦਿਓ ਹੋ ਜਦੋਂ ਟੀਵੀ ਤੇ ਲਚਿਰ ਗੀਤ ਵੇਖਦੇ ਭਲੇ ਮਾਨਸਾਂ ਦੇ ਸੀਨੇ ਪੈਂਦੇ ਸ਼ੇਕ ਜੇ ਹੋ ਜਦੋਂ ਟੀਵੀ ਤੇ ਲਚਿਰ ਗੀਤ ਵੇਖਦੇ ਭਲੇ ਮਾਨਸਾਂ ਦੇ ਸੀਨੇ ਪੈਂਦੇ ਸ਼ੇਕ ਜੇ ਪੱਜ ਭੜਾ ਕੇ ਰਹਿ ਭਲਾ ਔਲੇ ਜੱਟਾਂ ਨੂੰ ਦਰਿੰਦੇ ਨਾ ਦਿਖਾਓ ਹੋਸ਼ ਕਰੋ ਗੀਤਾਂ ਵਾਲਿਓ ਤੁਸੀਂ ਪੱਠਾ ਨਾ ਪੰਜਾਬ ਦਾ ਬਿਠਾਓ ਹੋਸ਼ ਕਰੋ ਗੀਤਾਂ ਵਾਲਿਓ ਕਿ ਤਾਂ ਮੰਦਰ ਪੜਾਈ ਦੇ ਜਿੱਥੋਂ ਚਾਰ ਚੰਨ ਜ਼ਿੰਦਗੀ ਨੂੰ ਲਾਈ ਦੇ ਹੁੰਦੇ ਕਾਲ ਜਿੱਤਾ ਮੰਦਰ ਪੜਾਈ ਦੇ ਜਿੱਥੋਂ ਚਾਰ ਚੰਨ ਜ਼ਿੰਦਗੀ ਬਹੁਤ ਸੋਹਣਾ ਮੈਸੇਜ ਦਿੱਤਾ ਤੇ ਸਨ ਬਾਈ ਕੁਲਦੀਪ ਛੱਠਾ ਤੇ ਬਾਪੂ ਮੇਵਾ ਸਿੰਘ ਜਿਨ੍ਹਾਂ ਨਾਲ ਅੱਜ ਆਪਾਂ ਨੇ ਗੱਲਬਾਤ ਕੀਤੀ ਲੋਕ ਗੀਤਾਂ ਨੂੰ ਲੈ ਕੇ ਗੱਲਬਾਤ ਕੀਤੀ ਕਿਉਂਕਿ ਇਸ ਦਾਦੇ ਪੋਤੇ ਦੀ ਜੋੜੀ ਨੇ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਕਹਿ ਸਕਦੇ ਆਪਾਂ ਬਹੁਤ ਧੱਕ ਪਾਈ ਹੋਈ ਹੈਗੀ ਸੋ ਇਹ ਗੱਲਬਾਤ ਕੀਤੀ ਕਿ ਕਿਵੇਂ ਇਹਨਾਂ ਦੀ ਸ਼ੁਰੂਆਤ ਹੋਈ ਕਿਵੇਂ ਮੇਲ ਹੋਇਆ ਇਸ ਜੋੜੀ ਦਾ ਹੋਰ ਜਈਆਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਰੰਗਲਾ ਟੀਵੀ ਦੇ ਨਾਲ